ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਹੋਏ ਸਨ, ਜਦ ਉਹਨਾਂ ਨੇ ਸੁਣਿਆ ਜੋ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ, ਖਜੂਰਾਂ ਦੀਆਂ ਟਹਿਣੀਆਂ ਲੈ ਕੇ ਉਹਦੇ ਮਿਲਣ ਨੂੰ ਨਿਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ, ਹੋਸੰਨਾ, ਧੰਨ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਇਲ ਦਾ ਪਾਤਸ਼ਾਹ ਹੈ। ਅਤੇ ਯਿਸੂ ਨੇ ਗਧੀ ਦਾ ਬੱਚਾ ਪਾਇਆ ਔਰ ਉਸ ਉੱਤੇ ਸਵਾਰ ਹੋਇਆ, ਜਿਵੇਂ ਲਿਖਿਆ ਹੋਇਆ ਹੈ, ਸਿਓਨ ਦੀ ਬੇਟੀ ਨਾ ਡਰ, ਵੇਖ ਤੇਰਾ ਪਾਤਸ਼ਾਹ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ। ਉਹਦੇ ਚੇਲਿਆਂ ਨੇ ਪਹਿਲਾਂ ਇਹ ਗੱਲਾਂ ਨਾ ਸਮਝੀਆਂ, ਪਰ ਜਾਂ ਯਿਸੂ ਆਪਣੇ ਤੇਜ ਵਿੱਚ ਪਹੁੰਚਿਆ ਤਾਂ ਉਹਨਾਂ ਨੂੰ ਚੇਤੇ ਆਇਆ ਜੋ ਇਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਹਨਾਂ ਉਸਦੇ ਨਾਲ ਇਹ ਕੰਮ ਕੀਤੇ ਸਨ। ਤਦੇ ਉਹਨਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹਦੇ ਨਾਲ ਸਨ, ਜਦ ਉਹਨੇ ਲਾਜ਼ਰ ਨੂੰ ਕਬਰ ਤੋਂ ਬਾਹਰ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ, ਸਾਖੀ ਦਿੱਤੀ। ਇਸ ਕਰਕੇ ਵੀ ਲੋਕ ਉਹਨੂੰ ਜਾ ਮਿਲੇ, ਕਿਉਂ ਜੋ ਉਹਨਾਂ ਸੁਣਿਆ ਸੀ ਭਈ ਉਹਨੇ ਇਹ ਨਿਸ਼ਾਨ ਵਿਖਾਇਆ। ਤਾਂ ਫਰੀਸੀ ਆਪਸ ਵਿੱਚ ਕਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੋਂ ਹੱਥੋਂ ਕੁਝ ਨਹੀਂ ਬਣਾਉਂਦਾ, ਵੇਖੋ ਜਗਤ ਉਹਦੇ ਪਿੱਛੇ ਲੱਗ ਤੁਰਿਆ। ਜਿਹੜੇ ਲੋਕ ਤਿਉਹਾਰ ਵਿੱਚ ਬੰਦਗੀ ਕਰਨ ਆਏ ਸਨ ਉਹਨਾਂ ਵਿੱਚ ਕਈ ਯੂਨਾਨੀ ਸਨ, ਸੋ ਉਹ ਫਿਲਿਪਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹਦੇ ਅੱਗੇ ਅਰਜ਼ ਕਰਕੇ ਆਖਿਆ, ਜੀ ਅਸਾਂ ਯਿਸੂ ਦਾ ਦਰਸ਼ਨ ਕਰਨਾ ਹੈ। ਫਿਲਿਪਸ ਨੇ ਆ ਕੇ ਇੰਦਰਿਆਸ ਨੂੰ ਕਹਿ ਦਿੱਤਾ ਅਤੇ ਇੰਦਰਿਆਸ ਔਰ ਫਿਲਿਪਸ ਨੇ ਆਣ ਕੇ ਯਿਸੂ ਨੂੰ ਆਖਿਆ, ਵੇਲਾ ਆ ਗਿਆ ਹੈ ਮਨੁੱਖ ਦੇ ਪੁੱਤਰ ਦੀ ਵਡਿਆਈ ਕੀਤੀ ਜਾਏ। ਮੈਂ ਤੁਹਾਨੂੰ ਸੱਚ ਸੱਚ ਆਖਦਾ, ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ। ਜਿਹੜਾ ਆਪਣੀ ਜਾਨ ਨਾਲ ਹਿੱਤ ਕਰਦਾ ਹੈ ਉਸ ਨੂੰ ਗਵਾਉਂਦਾ ਹੈ, ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਬੈਰ ਰੱਖਦਾ ਹੈ ਉਸ ਅਦੀਪਕ ਜੀਵਨ ਤਾਈਂ ਉਸ ਦੀ ਰੱਖਿਆ ਕਰੇਗਾ। ਜੋ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ, ਔਰ ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜਾਂ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹਦਾ ਆਦਰ ਕਰੇਗਾ। ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ, ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ। ਪਰ ਇਸੇ ਲਈ ਮੈਂ ਇਸ ਘੜੀ ਤੱਕ ਆਇਆ ਹਾਂ। ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ। ਜਦੋਂ ਇਹ ਸੁਰਗੀ ਬਾਣੀ ਆਈ, ਜੋ ਮੈਂ ਉਹਨੂੰ ਵਡਿਆਈ ਦਿੱਤੀ ਹੈ ਔਰ ਫਿਰ ਵੀ ਦਿਆਂਗਾ। ਤਦ ਲੋਕਾਂ ਨੇ ਜਿਹੜੇ ਕੋਲ ਖੜੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ, ਜੋ ਬੱਦਲ ਗਰਜਿਆ ਹੈ, ਹੋਰ ਨਾ ਆਖਿਆ, ਦੂਤ ਨੇ ਇਹਦੇ ਨਾਲ ਗੱਲ ਕੀਤੀ ਹੈ। ਇਹ ਸ਼ਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ। ਹੁਣ ਇਸ ਜਗਤ ਦਾ ਨਿਆਂ ਹੁੰਦਾ ਹੈ, ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ, ਔਰ ਮੈਂ ਜੇ ਧਰਤੀ ਉੱਤੇ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ। ਉਸਨੇ ਆਖਿਆ ਭਈ ਪਤਾ ਦੇਵੇ ਜੋ ਉਹਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ। ਅਸਾਂ ਸ਼ਰਾ ਵਿੱਚ ਸੁਣਿਆ ਹੈ ਜੋ ਮਸੀਹ ਸਦਾ ਰਹੂ, ਤੇ ਤੂੰ ਕੀ ਕਰਕਦਾ ਹੈ ਭਈ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰੀ ਹੈ? ਇਹ ਮਨੁੱਖ ਦਾ ਪੁੱਤਰ ਕੌਣ ਹੈ?
चानण हजे थोड़ा चिर तुहाडे विच है। जिन्ना चिर चानण तुहाडे नाल है चले चलो, कोई किते आओ ना होवे कि हनेरा तुहानू आ केरे। अते जो हनेरे विच चलदा है उसो नहीं जानदा जो किथे तुरदा है। जिन्ना चिर चानण तुहाडे नाल है चानण ते निहचा करो ता जो तुसी चानण दे पुत्तर होवो।